ਬਾਜਵਾ ਨੇ ਕਰਾਇਆ ਤੇ ਭੱਠਲ ਦੇ ਲੜਕੇ ਨੇ ਕਰਾਇਆ। ਰਵੀ ਦਿਓਲ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਜਿਸ 'ਚ ਉਹਨਾਂ ਨੇ ਗੈਂਗਸਟਰ ਬਣਨ ਲਈ ਇੱਕ ਸਿਆਸੀ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ, ਜਿਸ ਤੋਂ ਬਾਅਦ ਸੂਬੇ ਦੀ ਸਿਆਸਤ 'ਚ ਹਲਚਲ ਮੱਚ ਗਈ। ਸੰਸਦ ਮੈਂਬਰ ਸੁਖਦੇਵ ਢੀਂਡਸਾ ਨੇ ਇਸ ਬਿਆਨ ਤੇ ਆਪਣਾ ਪ੍ਰਤੀਕਰਮ ਦਿੱਤਾ। ਇੱਕ ਪ੍ਰੈਸ ਵਾਰਤਾ ਦੌਰਾਨ ਉਹਨਾਂ ਕਿਹਾ ਕਿ ਵਿਰੋਧੀ ਧਿਰ ਅਕਾਲੀ ਦਲ ਦਾ ਅਕਸ ਖਰਾਬ ਕਰਨ ਲਈ ਗੈਂਗਸਟਰਾਂ ਕੋਲੋਂ ਇਹ ਬੁਲਵਾਰੀ ਹੈ। ਉਹਨਾਂ ਨੇ ਸਿੱਧੇ ਤੌਰ ਤੇ ਰਜਿੰਦਰ ਕੌਰ ਭੱਠਲ ਤੇ ਕਾਂਗਰਸੀ ਨੇਤਾ ਬਾਜਵਾ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ। ਜਿਹੜਾ ਦਿਓਲ ਪੇਸ਼ ਹੋਇਆ, ਉਹਨੇ ਕੁਛ ਐਲੀਗੇਸ਼ਨ ਲਾਏ ਨੇ, ਚੈਰੀ 'ਤੇ ਲਾਏ ਨੇ। ਚੈਰੀ ਨੇ ਇਹ ਕਿਹਾ ਕਿ ਮੇਰਾ ਤਾਂ 15 ਸਾਲ ਦਾ ਮਿਲਿਆ ਹੀ ਨਹੀਂ। ਆਫਟਰ ਆਲ ਉਹਦੇ ਕੋਈ ਟੈਲੀਫੋਨ ਨੰਬਰ ਹੋਣਗੇ, ਉਹਦੀ ਕੋਈ ਕਾਲਾਂ ਹੋਈਆਂ ਹੋਣਗੀਆਂ, ਜਾਂ ਉਹ 15 ਸਾਲ 'ਚ ਮਿਲਿਆ ਹੋਇਆ ਦੱਸਣਗੇ ਤਾਂ ਹੋਰ ਆ ਕਰਨਗੇ। ਚਲੋ, ਉਹ ਤਾਂ ਕਾਨੂੰਨ ਨੇ ਕਰਨਾ। ਨਾਲ ਉਹਨਾਂ ਨੇ ਇਹ ਵੀ ਗੱਲ ਕਹਿਤੀ ਕਿ ਜੀ ਪਰਮਿੰਦਰ ਦਾ ਉਹ ਐਸ ਡੀ ਰਿਹਾ, ਉਹ ਪਰਮਿੰਦਰ ਦਾ ਮਾਸੀ ਦਾ ਲੜਕਾ ਜ਼ਰੂਰ ਹੈ, ਉਹ ਐਸ ਡੀ ਓ ਕਦੇ ਵੀ ਨਹੀਂ ਰਿਹਾ। ਉਹ ਐਸ ਡੀ ਦਾ 15 ਸਾਲ ਪਹਿਲਾਂ ਮੇਰੇ ਨਾਲ ਰਿਹਾ ਸੀ ਉਹ। ਅਤੇ ਇਸ ਕਰਕੇ ਮੈਂ ਸਮਝਦਾ ਕਿ ਇਹ ਜਾਣ ਕੇ ਪੋਲੀਟਿਕਸ ਖੇਡੀ ਜਾ ਰਹੀ ਹੈ। ਔਰ ਮੈਂ ਇੱਕੋ ਗੱਲ ਕਹਿਣਾ ਕਿ ਪੁਲਿਸ ਨੂੰ ਵੀ ਕਿ ਪੋਲੀਟਿਕਸ 'ਚ ਤੁਸੀਂ ਨਾ ਹਿੱਸਾ ਪਾਓ। ਉਹ ਪਾਰਲੀਮੈਂਟ ਦੀ ਇਲੈਕਸ਼ਨ ਆਉਣੀ ਹੈ, ਉਹਦੇ ਨਾਲ ਮੈਨੂੰ ਇਹ ਪਤਾ ਵੀ ਕਿਹਨੇ ਪੇਸ਼ ਕੀਤਾ ਉਹ, ਔਰ ਕੌਣ ਕੌਣ ਹੁਣ ਜਾ ਕੇ ਉਹਨੂੰ CIA ਸਟਾਫ 'ਚ ਕਾਂਗਰਸੀ ਮਿਲਦੇ ਨੇ। ਅਗਰ ਕਹੋਗੇ ਤਾਂ CCTV ਕੈਮਰਾ ਕਢਾ ਲਓ, ਤੇ ਉਹਦੇ 'ਚ ਤੁਹਾਨੂੰ ਆਪ ਹੀ ਪਤਾ ਲੱਗ ਜੂ ਵੀ ਕਿੰਨੇ ਬੰਦੇ ਜਾ ਕੇ ਕਾਂਗਰਸ ਉਹਨੂੰ ਮਿਲ ਕੇ ਆਏ ਨੇ। ਕਿਹੜੇ ਕਾਂਗਰਸੀਆਂ ਦੇ ਉੱਤੇ ਤੁਸੀਂ ਆਰੋਪ ਲਾ ਰਹੇ ਹੋ ਜੀ? ਨਾਮ ਦੋ ਤਾਂ ਪੱਕੇ ਹੀ ਨੇ ਜਿਨ੍ਹਾਂ ਨੇ ਪੇਸ਼ ਕਰਾਇਆ। ਕੌਣ ਕੌਣ ਜੀ? ਬਾਜਵਾ ਨੇ ਕਰਾਇਆ ਤੇ ਭੱਠਲ ਦੇ ਲੜਕੇ ਨੇ ਕਰਾਇਆ, ਜਿਹੜੇ ਉਹਨਾਂ ਦੇ ਪੂਰੇ ਸਾਥੀ ਨੇ। ਔਰ ਪੁਲਿਸ ਦੇ ਰੋਲ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਪੁਲਿਸ ਨੇ ਜਿਸ ਤਰ੍ਹਾਂ ਉਹਨੇ ਪੇਸ਼ ਕਰਾਇਆ, ਪੁਲਿਸ ਨੇ ਜਿਸ ਤਰ੍ਹਾਂ ਬਿਆਨ ਦਵਾਇਆ, ਉਸ ਤੋਂ ਲੱਗਦਾ ਪਾਰਟੀ ਨੇ ਰੋਲ ਅਦਾ ਕਰ ਰਹੀ ਹੈ। ਇਸ ਚੀਜ਼ ਨੂੰ ਲੈ ਕੇ ਹਾਈ ਕਮਾਂਡ ਨੂੰ ਮਿਲੋਗੇ? ਹੈ। ਸੰਗਰੂਰ ਤੋਂ ਕੀਰਤੀਪਾਲ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਬੇਬੇ, ਮੇਰਾ ਨਹੀਂ ਸੁਪਨਾ ਪੂਰਾ ਹੋਣਾ ਕੈਨੇਡਾ ਜਾਣ ਦਾ। ਸ਼ੁਭ ਸ਼ੁਭ ਬੋਲ, ਕੀ ਹੋਇਆ? 1 ਫਰਵਰੀ ਤੋਂ ਕੈਨੇਡਾ ਦੇ ਵਿੱਚ ਰੂਲ ਚੇਂਜ ਹੋ ਜਾਣੇ ਆ। 30 ਜਨਵਰੀ ਤੱਕ ਮੇਰੀ ਫਾਈਲ ਕਿੱਥੋਂ ਲੱਗ ਜੂ? ਲਾ ਦੇ ਫਿਰ ਫਾਈਲ ਫੀਲ ਆਪਣੀ, ਲੰਮੀਆਂ ਤਾਣ ਕੇ ਪੈ ਗਿਆ ਤੂੰ। ਓਹੋ ਬੇਬੇ, ਤੂੰ ਬਹੁਤ ਭੋਲੀ ਆ। ਕੈਨੇਡਾ ਜਾਣ ਲਈ ਪਹਿਲਾਂ ਕਾਲਜ 'ਚ ਦਾਖਲਾ ਲੈਣਾ ਪੈਂਦਾ ਤੇ ਮਈ ਇਨਟੇਕ ਤੱਕ ਕੋਈ ਸੀਟ ਖਾਲੀ ਨਹੀਂ ਹੈਗੀ। 50 ਏਜੰਟਾਂ ਕੋਲ ਧੱਕੇ ਖਾ ਕੇ ਆ ਗਿਆ ਮੈਂ। ਸ਼ਾਬਾਸ਼ ਤੇਰੇ ਪੜਾਕੂ ਦੇ, ਮੈਂ ਸਾਰਾ ਦਿਨ ਫੋਨ ਦੇਖਦਾ ਰਹਿੰਦਾ ਹੈ। ਆਹ ਅਖਬਾਰ ਪੜ੍ਹ, ਸਰੀ, ਟੋਰਾਂਟੋ, ਜਿੱਥੇ ਮਰਜ਼ੀ ਦਾਖਲਾ ਲੈ ਲੈ। ਬਿਨੈ ਹੈਰੀ ਕੋਲੇ ਹਰ ਸ਼ਹਿਰ ਦੀਆਂ ਸੀਟਾਂ ਨੇ ਮਈ ਤੱਕ। ਮੈਨੂੰ ਭੋਲੀ ਸਮਝਦਾ ਹੈ।